Hello, students. Good morning. I am your educator Dolce, and today we are going to start with our next topic that is transgenic animals. What are transgenic animals first? So, the transgenic animals are the animals that have their DNA manipulated to possess and express an extra gene. Matla, transgenic animals. ਉਹ ਐਨੀਮਲਸ ਹੁੰਦੇ ਆ ਜਿਨ੍ਹਾਂ ਦਾ ਡੀਐਨਏ ਮੈਨਿਪੂਲੇਟ ਮੀਨਸ ਆਪਾਂ ਚੇਂਜ ਕਰਦੇ ਆ ਸੋ ਥੈਟ ਕਿ ਉਹਨਾਂ ਕੋਲ ਕੈਰੈਕਟਿਸਟਿਕਸ ਆ ਜਾਣ ਐਸ ਵੈਲ ਐਜ਼ ਉਹ ਕੈਰੈਕਟਿਸਟਿਕਸ ਨੂੰ ਐਕਸਪ੍ਰੈਸ ਵੀ ਕਰਨ ਕਿਹੜੀਆਂ ਵਾਲੀਆਂ ਜੋ ਕੋਈ ਐਕਸਟਰਾ ਜੀਨ ਦੀ ਐਡੀਸ਼ਨ ਦੀ وجہ ਨਾਲ ਕੀ ਹੋਈ ਹੈ ਐਕਸਪ੍ਰੈਸ ਹੋਈ ਹੈ ਮਤਲਬ ਟ੍ਰਾਂਸਜੈਨਿਕ ਐਨੀਮਲਸ ਆਪਾਂ ਜਨਰੇਟ ਕਰਦੇ ਆ ਵਾਇਆ ਇੰਟਰਡਿਊਸਿੰਗ ਸਮ ਨਿਊ ਜੀਨਸ ਮੀਨਸ ਜੋ ਜੀਨਸ ਉਹਨਾਂ ਦੇ ਜੀਨੋਮਿਕ ਕੰਸਟੀਟਿਊਸ਼ਨ ਦਾ ਪਾਰਟ ਨਹੀਂ ਹੈ ठीक है उन्होंनेसू बोलते हैं ट्रांसजेनिक ट्रांस, ट्रांस मीनस कुछ न्यू जैनिक मीनस जीन अगर कोई नया जीन सीक्वेंस आपको किसी भी एनिमल के अंदर एड करे है, तो उस एनिमल में आप बोलते हैं ट्रांसजेनिक एनिमल तो अज तक जो जनरेट हुए ने प्रोड्यूस कर ट्रांसजेनिक एनिमल्स वो दैट इज ट्रांसजेनिक रैट्स ट्रांसजेनिक पिग्स ट्रांसजेनिक रैबिट्स काउज शीप्स एंड फिश ठीक है इन्होंने प्रोड्यूस करे अलग अलग मोटो ले ਸਭ ਤੋਂ ਜ਼ਿਆਦਾ ਜੋ ਬੈਨੀਫੀਸ਼ੀਅਲ ট্রান্সਜੈਨਿਕ एनिमल्स ਨੇ ਉਹ ਰੈਟਸ ਨੇ ਮਾਈਸ ਨੇ ਕਿਉਂਕਿ 95% ਆਫ 올 ਐਗਜ਼ਿਸਟਿੰਗ ਜੋ ਐਗਜ਼ਿਸਟ ਕਰ ਰਿਹਾ ਹੈ ਗrow ਕਰ ਰਿਹਾ ਹੈ ਉਹਨਾਂ ট্রান্সਜੈਨਿਕ ਐਨੀਮਲ ਚ ਕੰਪੋਜੀਸ਼ਨ ਸਭ ਤੋਂ ਜ਼ਿਆਦਾ ਕਿੰਨੀਆਂ ਦੀ ਹੈ 95% ਮਾਈਸ ਦੀ ਹੈ ਕਿਉਂ ਕਿਉਂਕਿ ਮਾਈਸ ਦੀ ਫਿਜ਼ੀਓਲੋਜੀ ਐਨਾਟੋਮੀ অলਮੋਸਟ ਰਿਜ਼ੈਂਬਲ ਕਰਦੀ ਹੈ ਵਿਦ ਹਿਊਮਨ ਬੀਇੰਗਸ ਠੀਕ ਹੈ ਤੇ ਆਪਨੇ ਲਈ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਰਹਿੰਦਾ ਹੈ ਕਿ ਆਪਾਂ ਅਗਰ ਕੋਈ ਵੀ ਮੈਡੀਸਿਨ ਕੋਈ ਵੀ ਡਰਗ ਜਾਂ ਐਨੀ ਕਾਈਂਡ ਆਫ ਕੰਪਾਊਂਡ ਦੀ ਕੰਪੋਜੀਸ਼ਨ ਹਿਊਮਨ ਬਾਡੀ ਚ ਡਿਟੈਕਟ ਕਰਨੀ ਹੈ ਤਾਂ ਆਪਸ ਡਾਇਰੈਕਟ ਹਿਊਮਨ ਐਕਸਪੈਰੀਮੈਂਟ ਕਰਨ ਤੋਂ ਪਹਿਲਾਂ ਕਿਸਤੇ ਕਰਦੀ ਹੈ ਮਾਈਸ ਦੀ ਤੇ ਉਹ ਰਿਜ਼ਲਟੈਂਟ ਜਿਹੜੇ ਆਉਂਦੇ ਨੇ ਉਹ ਬਹੁਤ ਹੈਲਪ ਕਰਦੇ ਨੇ ਸਾਇੰਟਿਸਟ ਨੂੰ ਟੂ ਵਰਕ ਔਨ ਦਾ ਹਿਊਮਨ ਬੀਇੰਗਸ ਹੁਣ ਆਪਾਂ ট্রান্স ਜੈਨਿਕ ਐਨੀਮਲਸ ਜਨਰੇਟ ਦਾ ਕਰ ਲੇ ਪ੍ਰੋਡਿਊਸ ਦਾ ਕਰ ਲੇ ਹੁਣ ਆਪਾਂ ਇਹ ਦੇਖਣਾ ਹੈ ਵੀ ਉਹਨਾਂ ਐਨੀਮਲਸ ਨੂੰ ਆਪਾਂ ਪ੍ਰੋਡਿਊਸ ਕਿਉਂ ਕਰਦੇ ਆ ਕੀ ਕੀ ਬੈਨੀਫਿਟਸ ਨੇ ਜਿਵੇਂ ਪਹਿਲਾਂ ਹੀ ਦੱਸਿਆ ਫਰਸਟ ਬੈਨੀਫਿਟ ਇਜ਼ ਦ ਨੋਰਮਲ ਫਿਜ਼ੀਓਲੋਜੀ ਐਂਡ ਡਿਵੈਲਪਮੈਂਟ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਮਤਲਬ ਅੱਜ ਦੇ ਟਾਈਮ 'ਚ ਆਪਾਂ ਨੂੰ ਬਹੁਤ ਸਾਰੇ ਜੀਨਸ ਦਾ ਪਤਾ ਹੈ ਵੀ ਦਿਸ ਸੈਗਮੈਂਟ ਆਫ ਡੀਐਨਏ ਉਹ ਇਸ ਪ੍ਰੋਟੀਨ ਨੂੰ ਕੋਡ ਕਰ ਰਿਹਾ ਜਾਂ ਫੋਰ ਈਗਜ਼ਾਮਪਲ ਇਸ ਟਿਸ਼ੂ ਦੇ ਅੰਦਰ ਇਹ ਵਾਲਾ ਪ੍ਰੋਟੀਨ ਨਹੀਂ ਹੈ ਇਹ ਵਾਲਾ ਕੰਪਾਊਂਡ ਕਿਉਂ ਰਿਹਾ ਸੰਥਸਾਈਜ਼ ਹੋ ਰਿਹਾ ਇਹ ਸਭ ਪੋ ਜੈਨਿਕ ਐਨੀਮਲ ਕੋਈ ਵੀ ਡਿਜ਼ਾਈਨ ਕਰਦੇ ਆ ਤਾਂ ਆਪਾਂ ਇਹ ਉਹਦੇ ਅੰਦਰ ਇਹ ਸਟਡੀ ਕਰਦੇ ਆ ਵੀ ਕਿਹੜਾ ਜੀਨ ਕਿਹੜੇ ਵਾਲੇ ਬਾਡੀ ਦੇ ਕਿਹੜੇ ਵਾਲੇ ਫੰਕਸ਼ਨ ਜਾਂ ਡਵੈਲਪਮੈਂਟ ਨੂੰ ਕੀ ਕਰ ਰਿਹਾ ਇਫੈਕਟ ਕਰ ਰਿਹਾ ਠੀਕ ਹੈ ਆਪ ਨੂੰ ਇਹ ਪਤਾ ਲੱਗਿਆ ਵੀ ਅਗਰ ਆਪਾਂ ਇਹ ਵਾਲਾ ਜੀਨ ਮਤਲਬ ਚੇਂਜ ਕਰਿਆ ਤਾਂ ਉਸ ਐਨੀਮਲ ਦੇ ਅੰਦਰ ਇਹ ਵਾਲਾ ਇਫੈਕਟ ਆਇਆ ਇਟ ਮੀਨਸ ਵਾਇਆ ਚੇਂਜਿੰਗ ਜੀਨਸ ਆਪਾਂ ਨੂੰ ਐਕਸਪ੍ਰੈਸ਼ਨ ਦੇ ਚੇਂਜ ਦਾ ਪਤਾ ਲੱਗ ਜਾਂਦਾ ਹੈ ਮੀਨਸ ਨਵੇਂ ਪ੍ਰੋਟੀਨਸ ਦਾ ਜੇ ਆਪਾਂ ਹੁਣ ਮਿਊਟੇਟਡ ਪ੍ਰੋਟੀਨ ਦਾ ਪਤਾ ਲੱਗ ਗਿਆ ਤਾਂ ਓਬਵੀਅਸਲੀ ਇਟ ਇਜ਼ ਈਜ਼ੀ ਫੋਰ ਅਸ ਆਪਾਂ ਨੂੰ ਇਹ ਵੀ ਪਤਾ ਲੱਗ ਜਾਂਦਾ ਵੀ ਨੇਚਰਲੀ ਇੱਥੇ ਕਿਹੜੀ ਚੀਜ਼ ਬਣਦੀ ਸੀ ਮਿਊਟੇਟ ਹੋਣ ਤੋਂ ਬਾਅਦ ਕਿਹੜੀ ਬਣਨ ਲੱਗੀ ਤਾਂ ਬੈਸਟ ਬੈਨੀਫਿਟ ਇਹਨਾਂ ਦੇ ਹੀ ਹੈ ਵੀ ਆਪਾਂ ਕਿਸੇ ਵੀ ਐਨੀਮਲ ਦੀ ਨਾਰਮਲ ਫਿਜ਼ੀਓਲੋਜੀ ਯਾ ਫਰ ਡਿਵੈਲਪਮੈਂਟ ਨੂੰ ਸਟੱਡੀ ਕਰਨ ਲਈ ਯੂਜ਼ ਕਰਦੇ ਆ ਕਿਨਾਂ ਨੂੰ ਟ੍ਰਾਂਸਜੈਨਿਕ animals ਨੂੰ ਉਹਦੀ एग्जांपल ਦਿੱਤੀ ہوئی ਹੈ द स्टडी ऑफ इंसुलिन लाइक ग्रोथ फैक्टर्स मतलब ना ग्रोथ फैक्टर्स ਹੁੰਦੇ ਨੇ ਬੋਡੀ ਦੇ ਅੰਦਰ ਬਹੁਤ ਸਾਰੇ ਠੀਕ ਹੈ इंसुलिन लाइक ग्रोथ ਫੈਕਟਰ ਕਿਉਂ ਬੋਲਦੇ ਆ ਕਿਉਂਕਿ ਇਹਦੀ ਜਿਹੜੀ ਕੰਪੋਜੀਸ਼ਨ ਹੈ ਔਰ एग्जांपल ਕਰਦੀ ਹੈ ਵਿਦ इंसुलिन ਹੈਗਾ ਕੀ ਹੈ ग्रोथ ਫੈਕਟਰ ਤਾਂ ਉਹਦੀ ਸਟਡੀ ਵੀ ਇਸੇ ਤਰੀਕੇ ਨਾਲ ਕਰੀ ਗਈ ਸੀ ਨੈਕਸਟ ਯੂਜ਼ the study of a disease it means ਆਪਾਂ ਨੂੰ ਇਹ ਵੀ ਪਤਾ ਹੈ ਵੀ ਨੰਬਰ ਆਫ ਡਿਜ਼ੀਜ਼ ਨੇ ਆਪਣੀ ਬਾਡੀ ਚ ਜਿਹੜੀਆਂ ਕਿ ਨੇ ਜੈਨੇਟਿਕ ਡਿਸਆਰਡਰਸ ਨੇ ਮਤਲਬ ਜਿਹੜੇ ਜੀਨ ਸੀਕੁਐਂਸ ਚ ਚੇਂਜ ਹੋਣ ਦੀ وجہ ਨਾਲ ਕਿਆਂ ਹੋਈਆਂ ਅਗਰ ਆਪਾਂ ਨੂੰ ਇਹ ਪਤਾ ਲੱਗੇ ਜੀ ਵੀ ਵਿੱਚ ਜੀਨ ਇਸ ਕੰਟ੍ਰਿਬਿਊਟਿੰਗ ਇਨ ਡਵੈਲਪਮੈਂਟ ਆਫ ਵਿੱਚ ਡਿਜ਼ੀਜ਼ ਤਾਂ ਆਪਾਂ ਆਬਵੀਅਸਲੀ ਟ੍ਰਾਂਸਜੈਨਿਕ ਐਨੀਮਲ ਦੇ ਅੰਦਰ ਉਹ ਜੀਨ ਨੂੰ ਠੀਕ ਕਰਕੇ ਐਡ ਕਰਕੇ ਦੇਖਾਂਗੇ ਅਗਰ ਤਾਂ ਟ੍ਰਾਂਸਜੈਨਿਕ ਐਨੀਮਲ ਚ ਉਹਨੇ ਡਿਜ਼ੀਜ਼ ਨੂੰ ਠੀਕ ਕਰਤਾ ਤਾਂ ਆਪਾਂ ਉਸ ਚੀਜ਼ ਨੂੰ ਅਪਲਾਈ ਕਰਾਂਗੇ ਔਨ ਹਿਊਮਨ ਬਿੰਗਸ ਅਗਰ ਉਹਨੇ ਇਫੈਕਟ ਨਹੀਂ ਦਿੱਤੇ ਮਤਲਬ ট্রান্সਜੈਨਿਕ ਐਨੀਮਲ ਤੇ ਇਫੈਕਟ ਨਾ ਦਿੱਤੇ ਤਾਂ ਆਪਾਂ ਕਦੇ ਵੀ ਉਹਨੂੰ ਹਿਊਮਨ ਤੇ ਡਾਇਰੈਕਟ ਅਪਲਾਈ ਨਹੀਂ ਕਰਾਂਗੇ ਤਾਂ ਕਹਿੰਦੇ ট্রান্সਜੈਨਿਕ ਮਾਡਲਸ ਬਣਾਏ ਗਏ ਨੇ ਬਹੁਤ ਸਾਰੀਆਂ ਡਿਜ਼ੀਜ਼ਸ ਲਈ ਜਿਹੜੀਆਂ ਜੈਨੇਟਿਕ ਨੇ ਫੋਰ ਇਗਜ਼ਾਮਪਲ ਕੈਂਸਰ ਫੋਰ ਇਗਜ਼ਾਮਪਲ ਸਿਸਟਿਕ ਫਾਈਬਰੋਸਿਸ ਰਿਯੂਮੈਟਿਡ ਆਰਥਰਾਈਟਿਸ ਐਂਡ ਅਲਜ਼ਾਈਮਰਸ ਡਿਜ਼ੀਜ਼ ਇਨ੍ਹਾਂ ਸਾਰਿਆਂ ਦੇ ਲਈ ট্রান্সਜੈਨਿਕ ਐਨੀਮਲਸ ਬਣਾਏ ਗਏ ਨੇ ਸੋ ਥੈਟ ਕਿ ਆਪ ਨੂੰ ਪਤਾ ਲੱਗ ਜੇ ਵੀ ਕਿਹੜਾ ਜੀਨ ਸੀਕੁਐਂਸ ਕਿਹੜੇ ਟਾਈਪ ਦੇ ਡਿਜ਼ੀਜ਼ ਕੌਜ਼ ਕਰਦਾ ਹੈ नैक्सट की है सिर्फ यही नहीं भी बहुत सारे बायोलॉजिकल प्रोडक्ट्स ने जमें फॉर एग्जाम्पल लास्ट टाइम आप इंसुलिन एग्जाम्पल करी भी ये आप जनरेट कर सकते हैं वाया ट्रांसजेनिक एनीमल्स केंद्र ट्रांसजेनिक एनिमल्स क्रिएटड बाय आप जनरेट करे बाय इंट्रोडक्शन ऑफ डी एन ए जो किसी परटिकुलर टाइप के प्रोडक्ट लिए कोड कर दिया अगर वो डी एन ए इंट्रोड्यूस हो जाए इन टू द ट्रांसजेनिक एनीमल दे डीएनए के अंदर दैट प्रोटीन की होगा प्रोड्यूस होगा ਟ੍ਰਾਂਸਜੈਨਿਕ ਐਨੀਮਲ ਦੀ ਬਾਡੀ ਚ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਵੀ ਇਹ ਜੀਨ ਇੰਟਰੋਡਿਊਸ ਹੋਣ ਦੀ ਵਜ੍ਹਾ ਨਾਲ ਇਹ ਵਾਲਾ ਪ੍ਰੋਡਕਟ ਬਣਿਆ ਤਾਂ ਆਪਾਂ ਨੂੰ ਜੀਨ ਦੇ ਪ੍ਰੋਡਕਸ਼ਨ ਦੀ ਪਤਾ ਲੱਗ ਜਾਂਦਾ ਹੈ ਮਤਲਬ ਪ੍ਰੋਡਿਊਸ ਕਰ ਸਕਦੇ ਆਪਾਂ ਉਹਦੀ ਐਗਜ਼ਾਮਪਲ ਲਈ ਠੀਕ ਹੈ ਇਹ ਕਹਿੰਦੇ ਹਿਊਮਨ ਪ੍ਰੋਟੀਨ ਹੈ ਉਹਦਾ ਨਾਮ ਕੀ ਹੈ α1 ਐਂਟੀਟ੍ਰਿਪਸਿਨ ਜੋ ਟ੍ਰੀਟਮੈਂਟ ਦੇ ਲਈ ਯੂਜ਼ ਹੁੰਦਾ ਹੈ ਐਂਫੀਸੈਮਾ ਦੇ ਅੰਦਰ ਉਹ ਵੀ ਕਹਿੰਦੇ ਟ੍ਰਾਂਸਜੈਨਿਕ ਐਨੀਮਲ ਦੇ ਅੰਦਰ ਇੰਟਰੋਡਿਊਸ ਕਰਿਆ ਗਿਆ ਸੀ ਥਰਡ ਇਨ ਅਬਾਊਟ 1997 ਇੱਕ ਫਰਸਟ ਟਰਾਂਸਜੈਨਿਕ ਕਾਓ ਬਣਾਈ ਗਈ ਉਹਦਾ ਨਾਮ ਕੀ ਸੀ ਰੋਜ਼ੀ ਫਰਸਟ ਟਰਾਂਸਜੈਨਿਕ ਕਾਓ ਵਾਸ ਰੋਜ਼ੀ ਤੇ ਉਹਨੇ ਪ੍ਰੋਡਿਊਸ ਕਰਿਆ ਇੱਕ ਬਹੁਤ ਹੀ ਪ੍ਰੋਟੀਨ ਰਿਚ ਮਿਲਕ ਠੀਕ ਹੈ ਆਪਾਂ ਨੂੰ ਪਤਾ ਆਪਾਂ ਮਿਲਕ ਕਾਦੇ ਲਈ ਪੀਨੇ ਆ ਲੈਕਟੋਜ਼ 슈ਗਰ ਲਈ ਪਲਸ ਐਲਬੂਮਿਨ ਪ੍ਰੋਟੀਨ ਲਈ ਕਹਿੰਦੇ ਜਿਹੜਾ ਉਹਨੇ ਮਿਲਕ ਪ੍ਰੋਡਿਊਸ ਕਰਿਆ ਦੈਟ ਇਜ਼ ਅਲਫਾ ਲੈਕਟੋ ਐਲਬੂਮਿਨ ਉਹਦੇ ਅੰਦਰ ਇੰਨਾ ਜ਼ਿਆਦਾ ਪ੍ਰੋਟੀਨ ਤੇ ਲੈਕਟੋਜ਼ ਸੀਗਾ ਕਿ ਹਿਊਮਨ ਜਿਹੜਾ ਬੇਬੀ ਹੈ ਉਹਨੂੰ ਸਿੰਪਲ ਕਾਉ ਦਾ ਮਿਲਕ ਉਹਨੇ ਨਿਊਟ੍ਰੀਐਂਟਸ ਪ੍ਰੋਵਾਈਡ ਨਹੀਂ ਕਰ ਸਕਦਾ ਠੀਕ ਹੈ ਤੇ ਬੈਨੀਫਿਟ ਹੋ ਗਿਆ ਵੀ ਕਿਹੜਾ ਪ੍ਰੋਡਕਟ ট্রান্সਜੈਨਿਕ ਐਨੀਮਲ ਤੋਂ ਜ਼ਿਆਦਾ ਬੈਨੀਫੀਸ਼ੀਅਲ ਹੈ ਨੈਕਸਟ ਕੀ ਹੈ ਵੀ ਵੈਕਸੀਨ ਦੀ ਸੇਫਟੀ ਐਸ ਯੂ نو ਵੈਕਸੀਨੇਸ਼ਨ ਕੀ ਹੁੰਦਾ ਵੈਕਸੀਨੇਸ਼ਨ ਉਹ ਪ੍ਰੋਸੈਸ ਹੈ ਜਿਹਦੇ ਅੰਦਰ ਆਪਾਂ ਕਿਸੇ ਆਰਗਾਨਿਜ਼ਮ ਦੇ ਅੰਦਰ ਡੈੱਡ ਜਾਂ ਅਚਨੂਏਟਿਡ ਵੈਕਸੀਨਸ ਕੀ ਕਰਦੇ ਆ ਐਡ ਕਰਦੇ ਆ ਸੋ ਥੈਟ ਕਿ ਉਹਦੇ ਅੰਦਰ ਦੁਬਾਰਾ ਉਹ ਡਿਜ਼ੀਜ਼ ਪ੍ਰੋਡਿਊਸ ਨਾ ਹੋਵੇ ਜਿਵੇਂ ਕਿ ਪੋਲੀਓ ਸਿੰਪਲ ਜੀ ਗੱਲ ਤਾਂ ਕਹਿੰਦੇ ট্রান্সਜੈਨਿਕ ਮਾਈਸ ਆਪਾਂ ਯੂਜ਼ ਕਰਦੇ ਆ ਕਾਦੇ ਲਈ ਟੈਸਟ ਕਰਨ ਲਈ ਵੈਕਸੀਨ ਨੂੰ ਹਿਊਮਨ ਤੇ ਯੂਜ਼ ਕਰਨ ਤੋਂ ਪਹਿਲਾਂ ਅਗਰ ਤਾਂ ਉਹ ਮਾਈਸ ਦੇ ਉੱਤੇ ਨਾਰਮਲ ਫੰਕਸ਼ਨਿੰਗ 'ਤੇ ਇਫੈਕਟ ਦਿੰਦੀ ਹੈ ਤਾਂ ਤਾਂ ਉਹਨੂੰ ਆਪਾਂ ਟੈਸਟ ਕਰਨ ਲਈ ਯੂਜ਼ ਕਰਦੇ ਹਾਂ ਔਨ ਹਿਊਮਨ ਬੀਂਗ ਨਹੀਂ ਨਹੀਂ ਕਰਦੇ ਪਹਿਲੀ ਵਾਰ ਜਦੋਂ ਟੈਸਟ ਕੀਤੀ ਗਈ ਸੀ ਪੋਲੀਓ ਵੈਕਸੀਨ ਉਹ ਕਿਹਦੇ ਤੇ ਕੀਤੀ ਗਈ ਸੀ ਟ੍ਰਾਂਸਜੈਨਿਕ ਮਾਈਸ ਦੇ ਤੇ ਨੈਕਸਟ ਕੀ ਹੈ ਆਪਾਂ ਕੈਮੀਕਲ ਸੇਫਟੀ ਟੈਸਟਿੰਗ ਲਈ ਵੀ ਯੂਜ਼ ਕਰਦੇ ਆ ਕਿ ਇਹਨਾਂ ਨੂੰ ਟ੍ਰਾਂਸਜੈਨਿਕ ਐਨੀਮਲਸ ਨੂੰ ਮਤਲਬ ਆਪਾਂ ਨੂੰ ਪਤਾ ਹੈ ਬਹੁਤ ਸਾਰੀਆਂ ਡਰੱਗਸ ਜਾਂ ਕੈਮੀਕਲਸ ਉਹਨਾਂ ਦੇ ਇਫੈਕਟ ਹੁੰਦੇ ਨੇ ਆਪਣੀ ਬਾਡੀ ਤੇ ਠੀਕ ਹੈ ਇਹ ਹਰੇਕ ਪਰਸਨ ਦੇ ਉੱਤੇ ਨਾ ਉਸੇ ਵੀ ਡਰੱਗ ਦਾ ਇਫੈਕਟ ਸੇਮ ਨਹੀਂ ਹੁੰਦਾ ਸਮ ਆਫ ਦਾ ਪਰਸਨ ਉਸ ਸੈਂਸਿਟਿਵ ਹੁੰਦੇ ਨੇ ਉਸ ਡਰੱਗ ਲਈ ਤੇ ਕੁਝ ਕਿ ਕੀ ਹੈ ਨਹੀਂ ਹੁੰਦੀ ਠੀਕ ਹੈ ਸੇਮ ਮੈਡੀਸਿਨ ਨਾਲ ਕੁਝ ਲੋਕ ਠੀਕ ਹੁੰਦੇ ਨੇ ਕੁਝ ਨਹੀਂ ਹੁੰਦੇ ਤਾਂ ਟ੍ਰਾਂਸਜੈਨਿਕ ਐਨੀਮਲ ਜਿੰਨਾ ਤੋਂ ਜੀਨ ਪ੍ਰੈਜ਼ੈਂਟ ਹੁੰਦੇ ਆ ਉਹ ਤਾਂ ਕੀ ਹੋ ਜਾਂਦੇ ਨੇ ਜ਼ਿਆਦਾ ਸੈਂਸਿਟਿਵ ਹੋ ਜਾਂਦੇ ਨੇ ਕਿਸ ਤਿੰਨੇ ਇਹ ਕਿੰਨਾ ਦੇ ਨਾਲੋਂ ਨੋਨ ਟ੍ਰਾਂਸ ਜੈਨਿਕ ਐਨੀਮਲਸ ਦੇ ਨਾਲੋਂ ਤਾਂ ਆਪ ਨੂੰ ਇਹ ਪਤਾ ਲੱਗ ਜਾਂਦਾ ਹੈ ਵੀ ਵਿੱਚ ਜੀਨ ਇਜ਼ ਰਿਸਪੌਂਸਿਬਲ ਫੋਰ ਜਨਰੇਟਿੰਗ ਸੈਂਸਿਟੀਵਿਟੀ ਟੂ ਵਿਚ ਕਾਈਂਡ ਆਫ ਡਰਗ ਜੋ ਲਾਸਟ ਟਾਪਿਕ ਹੈ ਇਸ ਚੈਪਟਰ ਦਾ ਜਿਸ ਨਾਲ ਇਹ ਚੈਪਟਰ ਕੀ ਹੋ ਜੂਗਾ ਖਤਮ ਹੋ ਜੂਗਾ ਉਹ ਇਹ ਹੈ ਦ ਵਟ ਆਰ ਦਾ ਇਥੀਕਲ ਇਸ਼ੂਜ਼ ਰਿਲੇਟਡ ਟੂ ਦਾ ਬਾਇਓ ਟੈਕਨੋਲੋਜੀ অর ਦਾ ਟ੍ਰਾਂਸ ਜੈਨਿਕ ਐਨੀਮਲਸ অর ਪ੍ਰੋਡਕਸ਼ਨ ਆਫ ਬਾਇਓ ਟੈਕਨੋਲੋਜੀਕਲ ਡੈਰਾਈਵਡ ਪ੍ਰੋਡਕਟਸ ਮਤਲਬ ਇਥੀਕਲ ਇਸ਼ੂਜ਼ ਕੀ ਕੀ ਨੇ ਲੋਕ ਕਿਉਂ ਨਹੀਂ ਸਪੋਰਟ ਕਰਦੇ ਵੀ ਆਪਾਂ ਟ੍ਰਾਂਸ ਜੈਨਿਕ ਐਨੀਮਲਸ ਪ੍ਰੋਡਿਊਸ ਕਰੀਏ ਆਪਾਂ ਬਾਇਓ ਟੈਕਨੋਲੋਜੀਕਲੀ ਡੈਰਾਈਵਡ ਡਰੱਗਸ ਯੂਜ਼ ਕਰੀਏ ਉਹਦਾ ਰੀਜ਼ਨ ਇਹ ਹੈ ਕਿ ਹਰੇਕ ਆਰਗਾਨਿਜ਼ਮ ਦੇ اندر ਕਿ ਹਿਊਮੈਨਿਟੀ ਪ੍ਰੈਜ਼ੈਂਟ ਹੁੰਦੀ ਹੈ ਠੀਕ ਹੈ ਆਪਣੇ ਮਤਲਬ ਪੋਪੂਲੇਸ਼ਨ ਇਹੋ ਜੀ ਆਪਾਂ ਨਹੀਂ ਚਾਹੁੰਦੇ ਵੀ ਫੋਰ ਦਾ ਬੈਨੀਫਿਟ ਆਫ ਅ ਹਿਊਮਨ ਬੀਇੰਗ ਆਪਾਂ ਕਿਸੇ ਹੋਰ ਆਰਗਾਨਿਜ਼ਮ ਦੀ ਕਿ ਕਰੀਏ ਡੈਥ ਕੌਜ਼ ਕਰੀਏ ਐਂਡ ਐਸ ਯੂ نو ਵੀ ਜੇ ਆਪਾਂ ਪ੍ਰੋਡਿਊਸ ਕਰਨੇ ਆ ਇਹ ਮਤਲਬ ਮੈਡੀਸਿਨ ਵਗੈਰਾ ਟੈਸਟ ਕਰੀਏ ਜਾਂ ਡਰੱਗਸ ਟੈਸਟ ਕਰੀਏ ਤਾਂ ਬਹੁਤ ਸਾਰੇ ਜਿਹੜੇ ਟ੍ਰਾਂਸਜੇਨਿਕ ਐਨੀਮਲਸ ਨੇ ਉਹਨਾਂ ਨੂੰ ਆਪਾਂ ਹਾਰਮ ਕਰਦੇ ਆ ਯੂ نو ਇੱਕ ਤਰੀਕੇ ਨਾਲ ਤੰਗ ਕਰਨਾ ਕਹਿ ਸਕਦੇ ਆ ਫਿਰ ਹੀ ਆਪਣੇ ਕੋਲ ਪ੍ਰੋਡਕਟਸ ਕੀ ਹੁੰਦੇ ਨੇ ਹਾਰਵੈਸਟ ਹੁੰਦੇ ਨੇ ਜਿਨ੍ਹਾਂ ਨੂੰ ਆਪਣੀ ਸੈਪਟ ਨਹੀਂ ਕਰਦੀ ਹੈ ਨਹੀਂ ਕਿ ਬੋਲਦੀ ਵੀ ਆਪਾਂ ਨੂੰ ਇਹ ਕਰਨਾ ਚਾਹੀਦਾ 댓ਸ ਵਾਈ ਵੀ ਅੱਜ ਦੇ ਲਾਈਫ ਦੇ ਅੰਦਰ ਆਪਾਂ ਇੰਨਾ ਜ਼ਿਆਦਾ ਬਾਇਓਲੋਜੀਕਲੀ ਡੈਰਾਈਵਡ ਪ੍ਰੋਡਕਟਸ ਤੇ ਉਤੇ ਡਿਪੈਂਡ ਨਹੀਂ ਕਰਦੇ ਤੇ ਇੱਕ ਥਿਓਰੀਟੀਕਲ ਪੋਰਸ਼ਨ ਹੈ ਐਥੀਕਲ ਦੇ ਅੰਦਰ ਜਸਟ ਇਹ ਲਿਖਣਾ ਹੈ ਵੀ ਕੀ ਕੀ ਰੀਜ਼ਨ ਨੇ ਸੋ 댓 ਕਿ ਬਾਇਓਟੈਕਨੋਲੋਜੀਕਲ ਪ੍ਰੋਡਕਟਸ ਨੂੰ ਆਪਾਂ ਯੂਜ਼ ਨਹੀਂ ਕਰ ਰਹੇ ਹੈਗੇ ਠੀਕ ਹੈ ਇਸ ਤੋਂ ਬਾਅਦ ਇਹਦੇ ਅੰਦਰ ਕੁਝ টারਮਸ ਨੇ ਜਿਹੜੀਆਂ ਬਹੁਤ ਇੰਪੋਰਟੈਂਟ ਨੇ ਆ ਡੈਫੀਨੇਸ਼ਨ ਪੁਆਇੰਟ ਆਫ View ਤੋਂ ਵੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਲਈ ਵੀ ਐਸ ਵੈਲ ਐਜ਼ ਅ ਬਾਇਓ ਟੈਕਨੋਲੋਜੀ ਦੇ ਫੀਲਡ ਦੇ ਅੰਦਰ ਵੀ ਫਰਸਟ ਇਜ਼ ਦਾ ਬਾਇਓ ਪੇਟੈਂਟ ਤਾਂ ਪਹਿਲਾ ਪੇਟੈਂਟ ਤਾਂ ਸਭ ਨੂੰ ਪਤਾ ਹੋਊਗਾ ਵੀ ਉਹ ਪੇਟੈਂਟ ਉਹ ਮਨੀ ਯਾ ਉਹ ਅਵਾਰਡ ਯਾ ਉਹ ਰਿਵਾਰਡ ਹੁੰਦਾ ਹੈ ਜੋ ਕਿਸੇ ਵੀ ਪਰਸਨ ਨੂੰ ਦਿੱਤਾ ਜਾਂਦਾ ਜਿਨੇ ਉਸ ਪ੍ਰੋਡਕਟ ਦੀ ਕੀ ਕਰੀ ਹੈ ਪ੍ਰੋਡਕਸ਼ਨ ਕਰੀ ਹੈ ਇੱਥੇ ਵਰਡ ਕੀ ਹੈ ਬਾਇਓ ਪੇਟੈਂਟ ਬਾਇਓ ਮੀਨਸ ਉਹ ਪੇਟੈਂਟ ਜੋ ਕਿਸ ਇਨਵੈਂਸ਼ਨ ਲਈ ਦਿੱਤਾ ਜਾਵੇ ਬਟ ਇਨਵੈਂਸ਼ਨ ਕਿਸ ਫੀਲਡ ਚ ਹੋਵੇ ਬਾਇਓਲੋਜੀ ਦੇ ਅੰਦਰ that allows the patent ਤਾਂ ਕਿ ਜਿਹੜਾ ਪੇਟੈਂਟ ਹੈ ਉਹਨੂੰ ਜੋ ਬੈਨੀਫਿਟ ਮਿਲ ਰਿਹਾ ਹੈ ਉਹਦੇ ਤੋਂ ਉਹ ਕੀ ਕਰ ਸਕੇ ਨਵੇਂ ਪ੍ਰੋਡਕਟ ਇਨਵੈਂਟ ਕਰਨ ਲਈ ਉਹਨੂੰ ਲਿਮਿਟਡ ਟਾਈਮ ਮਤਲਬ ਕਿ ਟਾਈਮ ਪੀਰੀਅਡ ਡਿਸਾਈਡ ਕਰਿਆ ਜਾਂਦਾ ਹੈ ਉਹਦੇ ਨੂੰ ਪੇਟੈਂਟ ਦਿੱਤਾ ਜਾਂਦਾ ਵੀ ਇਹ ਪ੍ਰੋਡਕਸ਼ਨ ਜਿੰਨੇ ਵੀ ਜਗ੍ਹਾ ਤੇ बिकੂਗੀ ਉਹਦਾ ਕੁਝ ਨਾ ਕੁਝ ਪਾਰਟ ਉਸ ਇਨਵੈਂਟਰ ਨੂੰ ਪ੍ਰੋਵਾਈਡ ਕਰਿਆ ਜਾਂਦਾ ਠੀਕ ਹੈ ਨੈਕਸਟ ਟਰਮ ਇਜ਼ ਬਾਇਓ ਪਾਇਰੇਸੀ ਬਾਇਓਪੈਰਸੀ ਕੀ ਹੁੰਦੀ ਹੈ ਇਟ ਇਜ਼ ਦਾ ਪ੍ਰੈਕਟਿਸ ਇਹ ਉਹ ਪ੍ਰੈਕਟਿਸ ਹੈ ਜਿਹਦੇ ਅੰਦਰ ਜਿਹੜੇ ਨੈਚੁਰਲੀ ਅਕਰਿੰਗ ਬਾਇਓケमिकल्स ਨੇ ਆਰਗੈਨਿਕ ਮਟੀਰੀਅਲਸ ਨੇ ਉਹਨਾਂ ਦੇ ਲਈ ਜਿਹੜਾ ਪੇਟੈਂਟ ਮਿਲ ਰਿਹਾ ਉਹਨੂੰ ਰੈਸਟ੍ਰਿਕਟ ਕਰ ਦਿੱਤਾ ਜਾਂਦਾ ਵੀ ਹੁਣ ਇਸ ਤੋਂ ਬਾਅਦ ਮਤਲਬ ਆ ਸ਼ੋਰਟ ਵਰਡਸ ਜੇ ਮੈਂ ਬੋਲਾਂ ਤਾਂ ਬਾਇਓ ਪਾਇਰੇਸੀ ਕੁਝ ਨਹੀਂ ਇਹ ਇਹ ਹੈ ਵੀ ਐਕਚੁਅਲੀ ਜਿਹੜੀ ਉਹ ਨੇਚਰਲ ਸੋਰਸ ਹੈ ਉਹ ਕਿਸੇ ਹੋਰ ਜਗ੍ਹਾ ਦਾ ਹੈ ਬਟ ਪੇਟੈਂਟ ਡੂ ਟੂ ਸਮ ਮੋਡੀਫਿਕੇਸ਼ਨ ਕੋਈ ਹੋਰ ਆਰਗਾਨਿਜ਼ਮ ਲੈ ਰਿਹਾ ਹੈ 댓 ਇਜ਼ ਬਾਇਓ ਪਾਇਰੇਸੀ ਫੋਰ ਏਗਜ਼ਾਮਪਲ ਹਲਦੀ ਹੋ ਗਈ ਜਾਂ ਹੋਰ ਮਸਾਲੇ ਵਗੈਰਾ ਹੋ ਗਏ ਇਹ ਆਪਾਂ ਮੈਡੀਸਿਨ ਚ ਦਾ ਇੰਡੀਅਨ ਕਲਚਰ ਚ ਬਹੁਤ ਟਾਈਮ ਤੋਂ ਯੂਜ਼ ਕਰ ਰਹੇ ਆ ਠੀਕ ਹੈ ਬਟ ਫਿਰ ਵੀ ਇਹਨਾਂ ਨੂੰ ਜਿਹੜੀਆਂ ਮੈਡੀਸਨ ਇਹਨਾਂ ਦੀਆਂ ਵੈਲਿਊਜ਼ ਲਈ ਹੈ ਉਹ ਬਾਇਓ ਪੇਟੈਂਟ ਜਿਹੜੀਆਂ ਫੋਰਨ ਕੰਟਰੀਜ਼ ਨੇ ਉਹਨਾਂ ਦੇ ਰੈਜ਼ੀਡੈਂਟ ਨੂੰ ਮਿਲ ਰਿਹਾ ਲਾਸਟ ਵਨ ਇਜ਼ ਦਾ ਬਾਇਓ ਵ bio means living war matlab simple ji ladai ta the general name ki hai the germ warfare matlab germs di madad de naal koi war ladni theek hai kende it is the use of ede andar apa use ki karde ha biotoxins ya koi infective agents like bacteria virus fungus protozone pathogen any kind jehde use karde ha ya incapacitate karde ha kinna nu human beings nu plant nu animal nu agar koi bhi ਟਾਈਪ ਦਾ ਆਰਗਾਨਿਜ਼ਮ ਲਿਵਿੰਗ ਆਰਗਾਨਿਜ਼ਮ ਬਾਕੀ ਦੇ ਕੰਪਲੈਕਸ ਲਿਵਿੰਗ ਆਰਗਾਨਿਜ਼ਮ ਦੀ ਲਾਈਫ ਨੂੰ ਥ੍ਰੈਟਨ ਕਰਦਾ ਹੈ ਇਸ ਤਰ੍ਹਾਂ ਦੀ ਵਾਰ ਨੂੰ ਆਪਾਂ ਕੀ ਬੋਲਦੇ ਹਾਂ ਬਾਇਓ ਵਾਰ ਠੀਕ ਹੈ ਇਸ ਨਾਲ ਚੈਪਟਰ ਕੀ ਹੋ ਗਿਆ ਖਤਮ ਜੇ ਕੋਈ ਡਾਊਟ ਨਹੀਂ ਥੈਨੀਵਨ ਯਾਨ ਆਸਕ ਠੀਕ ਹੈ ਥੈਂਕ ਯੂ ਗੁੱਡ ਮਾਰਨਿੰਗ